ਸ਼ਮਸ਼ੇਰ ਅਬਾਸ ਜਵਈਆ ਆਫ ਆਫਜ਼ਾਬਾਦ ਫਜ਼ਾਇਲ ਮਸਾਇਬ ਮੁਹੰਮਦ ਵਾਲੇ ਮੁਹੰਮਦ ਬਿਆਨ ਫਰਮਾਏਂਗੇ ਔਰ ਉਨਕੇ ਬਾਅਦ ਜਨਾਬ ਕਾਦਮ ਮੁਖਤਾਰ ਖੋਖਰ ਸਾਹਿਬ ਆਫ ਸਰਗੋਧਾ ਸ਼ਬੀਏ ਤਬੂਤ ਮੌਲਾ ਸਜਾਦ ਬਰਾਮਦ ਫਰਮਾਏਂਗੇ। ਆਓ ਜੀ ਬਿਸਮਿਲ੍ਲਾ। ਨਾਰੇ ਤਕਬੀਰ, ਅੱਲਾਹੁ ਅਕਬਰ, ਨਾਰੇ ਤਕਬੀਰ, ਨਾਰੇ ਰਿਸਾਲਤ ਯਾ ਰਸੂਲੱਲਾ, ਨਾਰੇ ਰਿਸਾਲਤ ਯਾ ਰਸੂਲੱਲਾ, ਨਾਰੇ ਹੈਦਰੀ ਯਾ ਅਲੀ ਅਲੈਹਿ ਸਲਾਮ, ਮਿਲ ਕੇ ਹੈਦਰੀ ਅਲੀ ਅਲੈਹਿ ਸਲਾਮ, ਜ਼ਿੰਦਾ ਸਲਾਮਤ ਰਹੋ, ਸਿਵਾ ਗਮੇ ਮਜ਼ਲੂਮ, ਦੁਨੀਆ ਦਾ ਕੋਈ ਗਮ ਨਾ ਵੇਖੋ। ਮਜਲਸੇ ਹੁਸੈਨ ਅਲੈਹਿ ਸਲਾਮ ਕਾਇਨਾਤ ਵਿੱਚ ਇੱਕ ਵੱਖਰਾ ਅਮਲ ਹੈ। ਮਜਲਸੇ ਸ਼ਬੀਰ ਵਿੱਚ ਆ ਕੇ ਬਵੀਏ ਬੰਦੇ ਨੂੰ ਮੌਕਾ ਮਿਲਦਾ ਹੈ ਅੰਬੀਆ ਦੇ ਨਾਲ ਬਹਿਣ ਦਾ। ਇਤਨਾ ਬੜਾ ਅਮਲ ਹੈ ਮਜਲਸੇ ਹੁਸੈਨ ਅਲੈਹਿ ਸਲਾਮ। 14 ਦੀ ਕਚਹਿਰੀ ਹੈ, 14 ਦਾ ਦਰਬਾਰ ਹੈ, 14 ਹਾਜ਼ਰ ਵੀ ਹਨ, 14 ਨਾਜ਼ਰ ਵੀ ਹਨ। ਜਦੋਂ ਹੀ ਜ਼ਿਕਰੇ ਹੁਸੈਨ ਕੋਈ ਪੜ੍ਹਨ ਆਵੇ ਜਾਂ ਕੋਈ ਸੁਣਨ ਆਵੇ, ਜ਼ਿਹਨ 'ਚ ਇੱਕੋ ਗੱਲ ਲੈ ਕੇ ਆਉਣਾ ਚਾਹੀਦਾ ਹੈ ਵੀ ਮੈਂ ਜਾ ਉੱਥੇ ਰਿਹਾ ਜਿੱਥੇ 14 ਮੌਜੂਦ ਹੈ। ਅਤੇ 14 ਦੀ ਮੌਜੂਦਗੀ ਵਿੱਚ ਜਿਹੜਾ ਬੰਦਾ ਜ਼ਿਕਰ ਨਾਲ ਮੁਖਲਸ ਨਾ ਹੋਵੇ, ਜ਼ਾਕਿਰ ਹੋਵੇ, ਅਜ਼ਾਦਾਰ ਹੋਵੇ, ਕੋਈ ਵੀ ਹੋਵੇ, ਅਗਰ ਉਹ ਜ਼ਿਕਰ ਨਾਲ ਮੁਖਲਸ ਨਹੀਂ ਤਾਂ ਫਿਰ ਵਕਤ ਜ਼ਾਇਆ ਕਰ ਰਿਹਾ। ਅਤੇ ਮੇਰੀ ਗੱਲ ਦੀ ਸਮਝ ਆ ਰਹੀ ਹੈ ਜਨਾਬ? ਉਹ ਵਕਤ ਜ਼ਾਇਆ ਕਰ ਰਿਹਾ ਹੈ। ਕੈਸਾ ਹੋਣਾ ਚਾਹੀਦਾ ਅਲੀ ਦਾ ਸ਼ੀਆ? ਮੈਂ ਬੜਾ ਥੋੜ੍ਹਾ ਪੜ੍ਹਨਾ, ਮੇਰਾ ਟਾਈਮ 5 to 6 ਆਈ, 5:30 to 6 ਬਰਾਮਦਗੀ ਦਾ, ਲੇਕਿਨ ਚੂੰਕਿ ਮੈਂ ਸਫ਼ਰ ਕਰਨਾ, ਮੈਂ ਮਿਹਨਤ ਕੀਤੀ ਹੈ ਕਿ ਮੈਂ ਪਹਿਲੇ ਨੌਕਰੀ ਕਰਨਾ। ਅਲੀ ਦਾ ਸ਼ੀਆ ਕੈਸਾ ਹੋਣਾ ਚਾਹੀਦਾ? ਉਹ ਕਾੜੇ ਦੀ ਸਰਜ਼ਮੀਨ ਆਈ, ਮਜਲਿਸ ਪੜ੍ਹ ਕੇ ਮੈਂ ਨਿਕਲਿਆ ਅਤੇ ਚੈਨਲ ਵਾਲੇ ਆ ਗਏ, ਬੋਲਾਂ ਬਸ ਚੈਨਲ ਵਾਲੇ ਇੰਟਰਵਿਊ ਕਰਨ। ਤਾਂ ਉਹਨੇ ਸਵਾਲ ਕੀਤਾ ਵੀ ਅਲੀ ਦਾ ਸ਼ੀਆ ਕੈਸਾ ਹੋਣਾ ਚਾਹੀਦਾ? ਮੈਂ ਉਸਦੇ ਜਵਾਬ ਵਿੱਚ ਇੱਕ ਸਾਈਆਂ ਦਾ ਫਰਮਾਨ ਪੜ੍ਹਿਆ, ਉਹ ਫਰਮਾਨ ਤੁਹਾਡੇ ਤੱਕ ਪਹੁੰਚ ਗਿਆ। ਇੱਕ ਬੰਦਾ ਉਹ ਜ਼ਿਹਨ 'ਚ ਲੈ ਕੇ ਟੁਰ ਗਿਆ ਅਤੇ ਮੇਰੇ ਆਏ ਦਾ ਮਕਸਦ ਪੂਰਾ ਹੋ ਜਾਏ। ਸਾਈਂ ਫਰਮੈਂਦੇ ਤੇਰੀ ਵਜ੍ਹਾ ਤੋਂ
ਅਗਰ ਕਿਸੇ ਦੀ ਬੇਟੀ ਨੂੰ ਰਾਹ ਬਦਲਣਾ ਪੈ ਗਿਆ ਤੇਰੇ ਔਰ ਕੁੱਤੇ ਚ ਫਰਕ ਸਮਝ ਆ ਰਹੀ ਮੇਰੀ ਗੱਲ ਦੀ? ਯਾਨੀ ਮੈਂ ਕੱਲ੍ਹ ਇੱਕ ਮਜਲਿਸ ਵਿੱਚ ਗੁਜ਼ਾਰਿਸ਼ ਪਿਆ ਕਰਦਾ ਵੀ ਜਦੋਂ ਤੈਨੂੰ ਕੋਈ ਬੰਦਾ ਆਖੇ ਨਾ ਮੈਨੂੰ ਨਿਆਂ ਦੇ ਤੇ ਸਮਝ ਮੇਰੇ 'ਚ ਕਮੀ ਹੈ, ਸਮਝ ਮੇਰੇ 'ਚ ਕਮੀ ਹੈ ਤਾਂ ਮੇਰੇ ਤੋਂ ਨਿਆਂ ਮੰਗਦਾ ਪਿਆ। ਅਤੇ ਜੇ ਕੋਈ ਬੰਦਾ ਆਖੇ ਬਸ ਤੇਰਾ ਵੀ ਨਹੀਂ ਚਾਹੀਦਾ ਮਾਲਵਾਂ ਦੇ, ਮਾਲਵਾਂ ਸਮਝਦੇ ਵੇ ਬਈ ਮਾਲਵਾਂ ਨਹੀਂ, ਮਾਲਵਾਂ ਨਿਆਂ ਦੇ, ਹਾਂ ਮਾਲਵਾਂ ਨਿਆਂ ਦੇ, ਅਗਲਾ ਨਿਆਂ ਦਿਵਾ ਕੇ ਅਤੇ ਫਿਰ ਵੀ ਉਹ ਆਖੇ ਨਿਆਂ ਵਾਸਤੇ ਚੁੱਪ ਕਰ ਗਿਆ, ਵੈਸੇ ਹੈ ਤੂੰ ਝੂਠਾ, ਫਿਰ ਆਪਣੇ ਗਿਰੇਬਾਨ 'ਚ ਝਾਂਕ, ਤੇਰਾ ਪੀਰ ਅਲੀ ਨਹੀਂ। ਸਮਝ ਆ ਰਹੀ ਹੈ ਮੇਰੀ ਗੱਲ? ਬਾਦਸ਼ਾਹ ਮੁਤਕੀਆਂ ਦਾ ਇਮਾਮ ਹੈ, ਅਲੀ ਗੈਰਤਮੰਦ ਦਾ ਇਮਾਮ ਹੈ, ਅਲੀ ਹਾਦੀ ਹਯਾ ਵਾਲੇ ਦੇ, ਬੇਹਯਾ ਦਾ ਅਲੀ ਨਾਲ ਕੋਈ ਤਾਲੁਕ। ਗਰਮੀ ਵੀ ਹੈ, ਹਬਸ ਵੀ ਹੈ, ਸੁਬਹ ਦੀ ਮਜਲਿਸ ਸ਼ੁਰੂ ਵੀ ਹੈ, ਬੰਦੇ ਤਰੇ ਚਾਰ ਇਕੱਠੇ ਤੁਸੀਂ ਸੁਣੇ ਵੀ ਹਨ, ਥੱਕ ਜਾਣਾ ਬਛਲੀ ਤਕਾਜ਼ਾ, ਮੈਂ ਇੱਥੇ 15-20 ਮਿੰਟ ਬੈਠਾਂ ਅਤੇ ਪਸੀਨਾ ਆ ਗਿਆ, ਤੁਹਾਡੀ ਕਿਆ ਹੀ ਬਾਤ ਹੈ। ਮੈਂ ਅਕਸਰ ਇਹ ਗੱਲ ਕਰਦਾ ਰਹਿੰਦਾ ਬਈ ਜਦੋਂ ਦੁਆ ਮੰਗਾਉਣੀ ਹੋਵੇ ਤਾਂ ਫਿਰ ਅਜ਼ਾਦਾਰਾਂ ਤੋਂ ਮੰਗਾਈ ਦੀ ਹੈ, ਜ਼ਾਕਿਰ ਤੋਂ ਦੁਆ ਘੱਟ ਮੰਗਾਇਆ ਕਰੋ। ਜ਼ਾਕਿਰ ਆਉਂਦਾ ਹੈ ਤਾਂ ਇਹਦੇ ਦਿਲ 'ਚ ਕੋਈ ਨਾ ਕੋਈ ਲਾਲਚ ਆਉਂਦਾ ਹੈ, ਜਿਹੜੇ ਇਹ ਬੈਠੇ ਹੋਏ ਇਹਨਾਂ ਨੂੰ ਸਿਰਫ ਔਰ ਸਿਰਫ ਚਾਹੀਦੀ ਹੈ ਨਿਗਾਹ ਸੈਯਦਾ। ਤੁਸੀਂ ਸਲਾਮਤ ਰਹੋ ਬਾਈ, ਤੁਸੀਂ ਆਬਾ ਮਜਲਿਸ ਇਮਾਮ ਹੁਸੈਨ ਅਲੈਹਿ ਸਲਾਮ ਤਫਰੀਕ ਦਾ ਨਾਮ ਹੀ ਨਹੀਂ, ਕਿਸੇ ਨੂੰ ਛੇੜਨ ਦਾ ਨਾਮ ਹੀ ਨਹੀਂ। ਮਜਲਿਸ ਹੁਸੈਨ ਅਲੈਹਿ ਸਲਾਮ ਦਰਸਗਾਹ 5-12 ਅਤੇ 14 ਦੀ ਮਜਲਿਸ ਹੁਸੈਨ 'ਚ ਬੰਦਾ ਪਹਿਲੀ ਦਫ਼ਾ ਆਵੇ ਅਤੇ ਜਦੋਂ ਵਾਪਸ ਜਾਏ ਫਿਰ ਬੰਦਿਆਂ ਕੋਲ ਪੁੱਛੇ ਮਜਲਿਸ ਕਿੱਥੇ ਮੈਂ ਜਾਣਾ ਹੈ। ਯਾਨੀ ਇਹ ਇਤਨੀ ਬੜੀ ਦਰਸਗਾਹ ਹੈ ਮਜਲਿਸ ਹੁਸੈਨ ਬਾਬਾ ਜੀ, ਇਤਨੀ ਬੜੀ ਦਰਸਗਾਹ ਮਜਲਿਸ ਹੁਸੈਨ, ਦੀਨ ਚਸਕੇ ਦਾ ਨਾਮ ਨਹੀਂ। ਨਾਰਾਜ਼ ਹੋ ਗਏ? ਦੀਨ ਚਸਕੇ ਦਾ ਨਾਮ ਨਹੀਂ, ਅੱਜ ਦੀ ਬਾਤ ਨਹੀਂ, ਮੁਲਕ 'ਚ ਮੇਰੇ ਨਾਲ ਕੋਈ ਬੰਦਾ ਨਹੀਂ ਆਉਂਦਾ। ਮੈਂ ਮੈਂਬਰ ਹੁਸੈਨ 'ਤੇ ਖੜੋ ਕੇ ਬਾਵਜੂ ਇਹ ਗੱਲ ਕਰਦਾ ਪਿਆ, ਪੂਰੇ ਮੁਲਕ 'ਚ ਮੇਰੇ ਨਾਲ ਕੋਈ ਬੰਦਾ ਨਹੀਂ ਆਉਂਦਾ। ਗੱਡੀ 'ਚ ਜਿਹੜੇ 2 ਬੰਦੇ ਨੇ ਗੱਡੀ 'ਚ ਮੌਜੂਦ ਨੇ, ਇੱਥੇ ਇਕੱਲਾ ਮੈਂ ਹਾਂ। ਸਮਝ ਆ ਰਹੀ ਹੈ ਮੇਰੀ ਗੱਲ ਦੀ? ਯਾਨੀ ਮਜਲਿਸਾਂ ਨੂੰ ਇੰਜ ਪੜ੍ਹੋ, ਮਜਲਿਸਾਂ ਨੂੰ ਇੰਜ ਸੁਣੋ, ਜੇ ਇਹ ਜ਼ਿਕਰ ਕੁਰਾਨ ਤੋਂ ਘੱਟ ਨਹੀਂ ਤਾਂ ਕੁਰਾਨ ਇੰਜ ਪੜ੍ਹ ਨਾ ਕਿ ਬੰਦੇ ਆਪ ਹੀ ਸੁਣਨ, ਨਾ ਕਿਤੇ ਨੂੰ ਬੰਦੇ ਇਕੱਠੇ ਪਏ ਕਰਨੇ ਪਏ ਜਾਣ, ਬਈ ਇੱਧੂ ਮੈਂ ਲੈ ਜਾਵਾਂ ਅਤੇ ਇੱਧੂ ਲੈ ਜਾਵਾਂ, ਇੱਧੂ ਲੈ ਜਾਵਾਂ। ਅਸਾਂ ਨਾ ਉਸ ਜ਼ਾਕਰੀ ਦੇ ਕਾਇਲ ਹਾਂ, ਨਾ ਉੱਥੇ ਸਾਡੀ ਤਰਬੀਅਤ ਹੋਈ ਹੈ ਬਈ ਤੁਸੀਂ ਇੰਜ ਜ਼ਾਕਰੀ ਕਰਨੀ ਹੈ। ਇੱਕੋ ਗੱਲ ਜ਼ਿਹਨ 'ਚ ਰੱਖ ਕੇ ਮਜਲਿਸ ਹੁਸੈਨ 'ਤੇ ਆਵੀਂਦਾ ਹੈ, ਜੋ ਸਫ਼ਰ ਪਏ ਕਰਦੇ ਹਾਂ ਜ਼ਿਕਰ ਹੁਸੈਨ ਦੀ ਵਜ੍ਹਾ ਤੋਂ, ਜਦੋਂ ਵਾਪਸ ਆਵੀਏ ਅਤੇ ਜਿਵੇਂ ਜਾਂਦੇ ਪਏ ਹਾਂ ਕੰਮ ਅਜ਼ ਕੰਮ ਇਵੇਂ ਆਵੀਏ, ਕੋਈ ਲਾਨਤ ਲੈ ਕੇ ਵਾਪਸ ਨਾ ਆਵੀਏ। ਅਲੀ ਅਲੈਹਿ ਸਲਾਮ, ਤੁਸੀਂ ਸਲਾਮਤ ਰਹੋ, ਤੁਸੀਂ ਆਬਾਦ ਰਹੋ। ਜਿੰਨਾ ਪੇਸ਼ਾਨੀਆਂ ਅਤੇ ਸਜਦਿਆਂ ਦੇ ਦਾਅਵੇ ਨੇ, ਇਹਨਾਂ ਪੇਸ਼ਾਨੀਆਂ ਨੂੰ ਮੇਰੇ ਲੱਖਾਂ ਸਲਾਮ ਹੈ। ਤੁਸੀਂ ਆਬਾਦ ਰਹੋ। ਕੁਰਾਨ ਦੀ ਇੱਜ਼ਤ ਦੀ ਕਸਮ ਹੈ, ਵਿਲਾਇਤ ਅਲੀ ਬਚੇਂਦਿਆਂ ਕੁਝ ਨਹੀਂ ਬਚਿਆ ਜ਼ੈਨਬ ਦਾ। ਇੰਤਹਾਈ ਮੁਖਤਸਰ ਮੈਂ ਮਸਾਹਿਬ ਦਾ ਇੱਕ ਜੁਮਲਾ ਪੜ੍ਹਨੇ, ਅੱਜ 24
ਮੁਹੱਰਮ ਕਿਆ ਹੈ? 24 ਮੁਹੱਰਮ। ਇਹ ਜਿਹੜੀ ਰਾਤ ਪਹਿਲਾਂ ਆਉਂਦੀ ਹੈ ਨਾ, ਇਹ ਰਾਤ, ਇਸ ਰਾਤ ਅਜੇ ਨਹੀਂ ਗੁਜ਼ਰਨਾ ਤੇ ਬਤੂਲ ਦੇ ਬੂਹੇ ਤੇ ਦੋ ਜਨਾਜ਼ੇ ਹੋਵੇ, ਜ਼ਹਰਾ ਦੀਆਂ ਧੀਆਂ ਤੁਹਾਡੇ ਤੇ ਰਾਜ਼ੀ ਹੋਵੇ, ਅਲੀ ਦੀਆਂ ਧੀਆਂ ਬਈ ਤੁਹਾਡੇ ਤੇ। ਕਿਤਨੇ ਜਨਾਜ਼ੇ? ਥੱਕ ਜਾਣਾ ਬਸ਼ਰੀ ਤਕਾਜ਼ਾ, ਬੰਦੇ ਥੱਕ ਜਾਂਦੇ ਨੇ ਰੋ ਰੋ ਕੇ, ਕਿਤਨਾ ਕੋਈ ਰੋ ਸਕਦਾ ਹੈ? ਰੁਨੇ ਤੇ 40 ਸਾਲ ਸਜਾਦ ਰੁਨੇ ਨਾ, 40 ਸਾਲ ਵੀ ਮੁੱਦਤ ਵੀਰੋ ਨਾ, ਅਸਾਂ ਮੁਕਰਰ ਕੀਤੀ ਹੈ ਅੱਜ ਹੀ ਕਬਰ 'ਚ ਰਤ ਨਿਸ ਪਈ ਰੁਕਦੀ, ਅਤੇ ਕਬਰ ਜਦ ਰਤ ਰੋਂਦਾ ਨਾ ਤਾਂ ਗੱਲ ਇੱਕੋ ਕਰਦਾ ਹੈ, ਮੈਨੂੰ ਕੋਈ ਭੁੱਲਦਾ ਹੈ? ਸ਼ਿਮਰ ਦੇ ਨੇਜ਼ੇ ਅਤੇ ਬੁਰਕਾ ਜ਼ੈਨਬ ਦਾ, ਜ਼ਹਰਾ ਦੀਆਂ ਦੀਆਂ ਰਾਜ਼ੀ ਹੋ ਮੇਰੇ ਹਿੱਸੇ ਦੀ, ਜਿਸ ਮਜਲਿਸ ਜ਼ਾਕਰੀ ਦਾ ਮੈਂ ਕਾਇਲਾ ਗੁਲਾਮ ਬਸ, ਉਹ ਮਜਲਿਸ ਮੇਰੇ ਹਿੱਸੇ ਦੀ ਹੋ ਗਈ ਹੈ, ਵੱਲਾ ਬਾ ਹੁਸੈਨ ਮੇਰੇ ਹਿੱਸੇ ਦੀ ਮਜਲਿਸ ਹੋ ਗਈ, ਮੈਂ ਸਦਕੇ ਜਾਵਾਂ। ਅੱਜ ਵੀ ਕਬਰ 'ਚ ਫੁੱਫੀ ਦੀ ਚਾਦਰ ਨੂੰ ਰਤ, ਇਸ ਬਾਦਸ਼ਾਹ ਦਾ ਇੱਕ ਲਕਬੇ ਆਦਮ ਏ ਆਲੇ ਅਬਾ, ਕਦੀ ਮੌਕਾ ਹੋਇਆ ਤਾਂ ਸੈਯਦ ਸਾਜਦੀਨ ਤੇ ਮੁਕੰਮਲ ਮਜਲਿਸ ਹੋਈ ਤਾਂ ਮੈਂ ਸੈਯਦ ਸਾਜਦੀਨ ਤੇ ਮੁਕੰਮਲ ਮਜਲਿਸ ਪੜ੍ਹ ਕੇ ਇਸ ਲਕਬ ਤੇ ਬਹਿਸ ਕਰਾਂਗਾ, ਆਦਮ ਏ ਆਲੇ ਅਬਾ। ਕੁਰਾਨ ਦੀ ਇੱਜ਼ਤ ਦੀ ਕਸਮ ਏ, ਲਫਜ਼ ਹੀ ਇਸ ਤੋਂ ਵੱਡਾ ਮੇਰੀ ਸ਼ਾਇਦ ਇਸ ਮਜ਼ਮੂਨ 'ਚ ਕੋਈ ਨਾ ਹੋਵੇ। ਸੱਜਾਦ ਤੇਰਾ ਉਹ ਇਮਾਮ ਏ ਜਿਹਨੂੰ ਇਮਾਮਤ ਦੀ ਪੱਗ ਫੁੱਫੀ ਬਣਾਈ ਏ, ਜੁਮਲਾ ਸੁਣੇ, ਇਮਾਮਤ ਦੀ ਪੱਗ ਫੁੱਫੀ ਬਤਾ ਕੇ ਪਹਿਲੇ ਖੁਤਬੇ 'ਚ ਇਮਾਮ ਨੇ ਜਦੋਂ ਸਹਿਰਾ 'ਚ ਦੀਦ ਮਾਰੀ ਏ ਨਾ, ਤੇ ਜਿਤਨੇ ਕੁੱਠੇ ਪਏ ਆ ਅਸਗਰ ਤਾਈਂ ਆਖਿਆ ਨੇ ਲੱਭਾਇਕ ਇਮਾਮ ਏ ਜ਼ਮਾਨਾ। ਉਹ ਮੈਂ ਸਦਕੇ ਜਾਵਾਂ, ਜਿਹੜੇ ਬੰਦਾ ਰੂਹ ਤੱਕ ਮੇਰੇ ਲਫਜ਼ ਲੈ ਜਾਏਗਾ ਉਹ ਹਾਏ ਕਰ ਲਏਗਾ, ਗੁਲਾਮ ਬਸ ਕਿਹੜੀ ਸੋਹਣੀ ਮਜਲਿਸ ਹੋ ਗਈ, ਹਰ ਬੰਦਾ ਹਾਏ ਕਰ ਰਿਹਾ ਹੈ, ਹਰ ਬੰਦੇ ਦੀ ਅੱਖ ਚੱਲ, ਜਿਸ ਨੂੰ ਹੁਸੈਨ ਵੀ ਉੱਠੀ ਕੇ ਆਖਿਆ ਵਕਤ ਦਾ ਇਮਾਮ, ਸਭ ਤੋਂ ਔਖੀ ਦਸਤਾਰ ਬੰਦੀ ਸੱਜਾਦ ਦੀ ਇਮਾਮਤ ਦੀ ਹੋਈ ਗਈ, ਤੀਜੀ ਵਾਰੀ ਬੜੀ ਸੋਹਣੀ ਹਾਏ ਕੀਤੀ ਆ, ਸਭ ਤੋਂ ਔਖੀ ਦਸਤਾਰ ਬੰਦੀ ਯਤੀਮੀ ਦੀ ਵੀ ਔਰ ਇਮਾਮਤ ਦੀ, ਇਹ ਸਭ ਤੋਂ ਔਖੀ ਸੈਯਦ ਸਾਜਦੀਨ ਦੀ ਆਈ, ਹੱਦ ਨਾ ਮੁੱਕ ਗਈ, ਯਤੀਮੀ ਦੀ ਦਸਤਾਰ ਸਾਹਮਣੇ ਆਈ। ਮੈਨੂੰ 10 ਖਾਂ ਉਲਮਾ ਕੋਲ ਪੁੱਛ ਕੇ ਜਦੋਂ ਯਤੀਮੀ ਦੀ ਦਸਤਾਰ ਸਾਹਮਣੇ ਆਈਏ, ਉਸ ਵੇਲੇ ਜ਼ੈਨਬ ਦੇ ਸਰ 'ਤੇ ਚਾਦਰ ਆਈ, ਜ਼ਹਰਾ ਦੀਆਂ ਦੀਆਂ ਰਾਜ਼ੀ ਹੋਣੀ ਹੋਈ, ਐਡੀ ਸੋਹਣੀ ਬਹਿ ਕੇ ਹਾਏ ਪਿਆ ਕਰਦਾ। ਪੁੱਛ ਉਲਮਾ ਕੋਲੋਂ ਜਦੋਂ ਯਤੀਮੀ ਦੀ ਪੱਗ ਸਾਹਮਣੇ ਆਈਏ, ਉਸ ਵੇਲੇ ਆਲੀਆ ਕੋਲ ਚਾਦਰ ਆਈ। ਇੱਕ ਜੁਮਲਾ ਮੈਂ ਅਕਸਰ ਆਦਰਾਨਾ ਸ਼ਾਮੇ ਗਰੀਬਾਂ 'ਚ ਅਕਸਰ ਮੈਂ ਜੁਮਲਾ ਆਉਂਦਾ, ਢੇਰ ਸਾਰੇ ਜ਼ਾਕਿਰ ਆਦੇ ਬਈ ਜ਼ੰਜੀਰ ਮਾਰਦੇ ਹੋ ਨਾ, ਜ਼ੰਜੀਰ ਤਾਂ ਜ਼ੰਜੀਰ ਮਾਰ ਕੇ ਬਾਬਾ ਜੀ ਜਦੋਂ ਘਰ ਜਵਾਨ ਜਾਂਦੇ ਨੇ, ਛਲ ਜੀਵਨ ਪਏ ਜ਼ੰਜੀਰਾਂ ਵੱਲ, ਅਤੇ ਕਿਸੇ ਦੇ ਜ਼ਖਮ ਮਾਂ ਸਾਫ ਕਰਦੇ, ਕਿਸੇ ਦੇ ਜ਼ਖਮ ਬਹਿਣ ਸਾਫ ਕਰਦੇ, ਅਤੇ ਚੋਲਾ ਪਾਇਆ ਹੋਵੇ ਨਾ ਜਾਂ ਜ਼ੰਜੀਰ ਮਾਰ ਕੇ ਬਨੈਣ ਉੱਤੇ ਪਾਈ ਹੋਵੇ ਅਤੇ ਜ਼ਖਮਾਂ 'ਚ ਫਸ ਜਾਂਦੀ ਹੈ, ਫਿਰ ਮਾਂ ਕਿਵੇਂ ਜੁਦਾ ਕਰਦੀ ਹੈ? ਧੀ ਨੂੰ ਆਦੀ ਹੈ, ਥੋੜ੍ਹੀ ਜਿਹੀ ਰੋਈ ਲੈ ਆ, ਥੋੜ੍ਹਾ ਜਿਹਾ ਤੇਲ ਲੈ ਆ, ਤੇਰੇ ਵੀਰ ਹੁਸੈਨ ਦਾ ਮਾਤਮ ਕੀਤਾ ਖੂਨ ਦਾ,
ਤੇ ਮੈਂ ਤੇ ਇਹਦੇ ਹੌਲੇ ਹੌਲੇ ਚੋਲਾ ਇੰਜ ਕਰਕੇ ਉਸ ਰੋਈ ਨਾਲ ਤੇਲ ਲਾ ਕੇ ਨਾ ਇੰਜ ਕਰਕੇ ਚੋਲੇ ਛੁੜੇਂਦੀ ਏ, ਜ਼ਖਮ ਭੈਣਾਂ ਸਾਫ਼ ਕਰਦੀਆਂ ਅਤੇ ਮਾਵਾਂ ਸਾਫ਼ ਕਰਦੀਆਂ ਨੇ। ਹਾਏ ਤੇਰੀ ਬੜੀ ਸੋਹਣੀ ਹੈ, ਮੈਂ ਸ਼ਿਕਵਾ ਕਿਵੇਂ ਕਰਾਂ? ਮੈਨੂੰ ਕੁਰਾਨ ਦੀ ਕਸਮ ਹੈ, ਜਿਨ੍ਹਾਂ ਸਜਾਦ ਦੇ ਸਾਫ਼ ਕਰਨੇ ਆਏ ਉਹਨਾਂ ਦੇ ਹੱਥ ਵੱਜ ਗਏ। ਯਾ ਸੈਯਦਾ ਯਾ ਮਜ਼ਲੂਮਾ, ਇੰਝ ਲੱਗਦਾ ਜਿਵੇਂ ਹੁਣ ਮਜਲਿਸ ਸ਼ੁਰੂ ਹੋਈ ਹੈ। ਅੱਲਾਹ ਅਕਬਰ, ਜਿੰਨਾ ਸਜਾਦ ਦੇ ਸਾਫ਼ ਕਰਨੇ ਆਇਆ ਉਹ ਮੈਂ ਸਦਕੇ ਜਾਵਾਂ, ਕਦੀ ਨਾ ਰੋਵੋ ਇਹਨਾਂ ਦੁੱਖਾਂ ਤੋਂ ਇਲਾਵਾ। ਮੈਂ ਤਾਂ ਇਮਾਮ ਹੁਸੈਨ ਦੇ ਮਦਾ ਖਾਨਾ 'ਚੋਂ ਸਭ ਤੋਂ ਛੋਟਾ ਅਤੇ ਮਸਕੀਨ ਮੱਦਾ, ਜਦੋਂ ਇਸ ਮਿੰਬਰ 'ਤੇ ਆਵੀਦਾ ਸਿਰ ਝੁਕਾ ਕੇ ਆਵੀਦਾ, ਇੱਥੇ ਸਿਰ ਝੁਕਾ ਕੇ ਆਵੀ ਅਤੇ ਕੁਝ ਲੱਭਦਾ ਹੈ, ਇਹ ਤਰਸੇ ਸ਼ਾਮ ਵਾਲੀ ਦਾ ਹੋਰ ਕੁਝ ਹੀ ਨਹੀਂ, ਤੇਰੇ ਦਿਲ ਦਾ ਦਰਦ ਹੈ। ਅੱਛਾ ਤੂੰ ਜ਼ੰਜੀਰ ਆਪ ਚਲਾਏ, ਤੇਰੇ ਜ਼ਖਮਾਂ ਦਾ ਇਹ ਹਾਲ ਹੈ। ਮੈਂ ਡਿੱਠਾ ਇਸ ਅਸ਼ਰੇ 'ਚ ਵੀ ਡਿੱਠਾ, ਕੰਮਾਂ ਜ਼ੰਨੀ ਕਰਦੇ ਨੇ ਨੌਜਵਾਨ, ਜ਼ੰਜੀਰ ਮਾਰਦੇ ਨੇ, 1-1, 2-2 ਵਾਲੇ ਆਵੇਂਦੇ ਨੇ, ਉੱਥੇ ਪੂਰੀ ਫੋਰਸ ਜਮ੍ਹਾਂ ਹੁੰਦੀ ਹੈ, ਕੋਈ ਕੀ ਕਰਦੇ ਬਈ ਇਹਦੇ ਜ਼ਖਮ ਸਾਫ਼ ਕਰਨੇ ਨੇ, ਕੋਈ ਆਪਦੇ ਟਾਂਕੇ ਲਾਉਣੇ, ਕੋਈ ਆਪਦੇ ਕੁਛ ਕਰਦੇ ਨੇ। ਮੈਨੂੰ ਕੁਰਾਨ ਦੀ ਇੱਜ਼ਤ ਦੀ ਕਸਮ ਹੈ, ਜਦੋਂ ਤੂੰ ਜ਼ੰਜੀਰਾਂ ਦੇ ਜ਼ਖਮ ਸਾਫ਼ ਕਰਕੇ ਆਰਾਮ ਦੀ ਨੀਂਦਰ ਸੌਣਾ ਨਾ, ਉਸ ਲਈ ਪਹਿਲਾ ਨੇਜ਼ਾ ਸਜਾ ਦੇ ਕੰਢ ਤੇ ਲੱਗਦਾ। ਯਾ ਸੈਯਦਾ, ਹੌਸਲਾ ਹੌਸਲਾ ਜਮਾ ਨਿਵਾਣ, ਹੌਸਲੇ ਨਾਲ ਹੌਸਲੇ ਨਾਲ ਹੌਸਲੇ ਨਾਲ ਮਜਲਿਸ ਹੋ ਗਈ ਹੈ, ਜਿਸ ਮੈਂ ਮਜਲਿਸ ਦਾ ਕਹਿ ਲਾ ਬਿਸਮਿਲ੍ਲਾ। ਮੇਰੇ ਪਿਆਰੇ ਭਾਈ, ਮੌਲਾ ਦੀ ਅਜ਼ੀਮ ਮੱਦਾ, ਕੁਰਾਨ ਦੀ ਕਸਮ ਹੈ, ਇਸ ਜ਼ਿਕਰ ਨਾਲ ਜਿਸ 2 ਨੰਬਰ ਕੀਤੀ ਹੁੰਦੀਆਂ ਨਸਲਾਂ ਬਰਬਾਦ ਹੋ ਗਈਆਂ ਨੇ। ਇਹ ਹੰਝ ਬੜੀ ਮਹਿੰਗੀ ਹੈ, ਇਹਨੂੰ ਵੇਚੇ ਨਹੀਂ, ਇਹ ਬੜੀ ਮਹਿੰਗੀ ਹਾਂਜੀ, ਇਹਨੂੰ ਨਾ ਵੇਚੇ। ਅਗਰ ਇਸ ਹੰਝ ਨੂੰ ਹੀ ਵੇਚ ਲਿਆ ਤੇ ਤੂੰ ਸੈਯਦਾਂ ਦੇ ਸਾਹਮਣੇ ਕਿਵੇਂ ਵੇਸੇ? ਇਹ ਏਡੀ ਕੀਮਤੀ ਹੰਝ ਹੈ ਜਿਹਦੇ ਥੱਲੇ ਰੁਮਾਲ ਜ਼ਹਰਾ ਰੱਖਦੀ ਹੈ। ਅੱਲਾਹ ਅਕਬਰ, ਅੱਲਾਹ ਅਕਬਰ। ਮੇਰੀ ਜ਼ਾਕਰੀ ਜ਼ਿੰਦਗੀ 10-12 ਸਾਲ ਦੀ ਹੈ, 10-12 ਸਾਲ ਦੀ ਜ਼ਾਕਰੀ ਜ਼ਿੰਦਗੀ ਦੇ ਵਿੱਚ ਮੈਂ ਹੁਸੈਨ ਦੀ ਕਚਹਿਰੀ 'ਚ ਖੜੋਤਾ, ਕਾਜ਼ਮ ਕੁਰਾਨ ਦੀ ਇੱਜ਼ਤ ਦੀ ਕਸਮੇ, ਪਤਾ ਨਹੀਂ ਕਿਤਨੇ ਗੰਦੇ ਲੋਕ ਹੁਸੈਨ, ਲੇਕਿਨ ਇਸ ਮਿੰਬਰ ਨਾਲ 2 ਨੰਬਰੀ ਮੈਂ ਨਹੀਂ, ਇਸ ਮਜਲਿਸ 'ਚ ਮੈਂ 2 ਨੰਬਰੀ ਨਹੀਂ। ਇਹ ਤੁਹਾਡੇ ਅੱਗੇ ਵੀ ਹੱਥ ਅਜ਼ਾਦਾਰਾਂ ਅੱਗੇ ਮੰਦਾ, ਕਾਲਾ ਲਿਬਾਸ ਜ਼ਾਕਰ ਨੇ ਜ਼ਿਕਰ ਸੁਣ, ਕੁੱਠਿਆਂ ਦਾ ਜ਼ਿਕਰ ਸੁਣ। ਮੈਂ ਆਖਿਆ ਜਦੋਂ ਤੂੰ ਜ਼ੰਜੀਰਾਂ ਦੇ ਜ਼ਖਮ ਸਾਫ਼ ਕਰਾ ਕੇ ਸਹਿਵੇਂ ਨੇ, ਉਸ ਵੇਲੇ ਪਹਿਲਾਂ ਤਾਜ਼ਿਆਨਾ ਸਜਾ ਦੀ ਕੰਢ 'ਤੇ ਲੱਗਦੇ, ਅਤੇ ਸ਼ਾਮੇ ਗਰੀਬਾਂ ਤੋਂ ਲੈ ਕੇ ਕਿਤਨੇ ਜ਼ਖਮ ਪੜਾ ਮੈਂ ਸਜਾ ਦੇ। ਮੈਨੂੰ ਕੁਰਾਨ ਦੀ ਇੱਜ਼ਤ ਦੀ ਕਸਮ, 9 ਲੱਖ ਸ਼ਬੀਰ ਨੂੰ ਮਾਰਿਆ ਹੈ, ਸਜਾ ਦੇ ਮਾਰਨ ਵਾਲਿਆਂ ਦੀ ਤਾਦਾਦ ਹੀ ਕੋਈ ਨਾ। ਅੱਲਾਹ ਅਕਬਰ, ਹੌਸਲੇ ਨਾਲ ਵਾਏ ਜਵਾਨੀ ਮਾਣੇ, ਹੌਸਲੇ ਨਾਲ, ਕੋਈ ਤਾਦਾਦ ਹੀ ਨਾ ਆਈ, ਕਿਤਨਾ ਮਾਰਿਆ। ਇੱਕ ਫਰਕ ਹੋਰ ਆਈ, ਜਿਨ੍ਹਾਂ ਹੁਸੈਨ ਨੂੰ ਮਾਰਿਆ ਹੈ। ਇਸ ਜੁਮਲੇ ਦੀ ਕਦਰ ਕਰੇ, ਕਦਰ ਬੜੀ ਸੋਹਣੀ ਕਰ ਰਹੇ ਹਾਂ, ਲੇਕਿਨ ਇਹ ਜੁਮਲਾ ਦੇ ਰਿਹਾ, ਜਿਨ੍ਹਾਂ ਸ਼ਬੀਰ ਨੂੰ ਮਾਰਿਆ ਹੈ ਉਹਨਾਂ ਨੂੰ ਹੁਸੈਨ ਨੂੰ ਮਾਰਨ ਵਾਸਤੇ ਸਫ਼ਰ ਕਰਨਾ ਪਿਆ। ਉਹ ਸਫ਼ਰ ਕਰਕੇ ਆਏ, ਉਹ ਦਸਤਿਆਂ ਦੀ ਸੂਰਤ 'ਚ ਉਹਨਾਂ ਸਫ਼ਰ ਕੀਤਾ ਅਤੇ ਸਫ਼ਰ ਕਰਕੇ ਆ ਕੇ ਉਹਨਾਂ ਹੁਸੈਨ ਨੂੰ ਮਾਰਿਆ। ਕੁਰਾਨ ਲਿਆ ਮੈਂ ਸਿਰ 'ਤੇ ਰੱਖਦਾ, ਜਿਨ੍ਹਾਂ ਸਜਾਦ ਨੂੰ ਮਾਰਿਆ ਉਹਨਾਂ ਨੂੰ ਸਫ਼ਰ ਹੀ ਨਹੀਂ ਕਰਨਾ।
ਹਰ ਦਰਵਾਜ਼ੇ ਅੱਗੇ ਖਲੋਤੇ ਹਨ ਤੇ ਮਾਰ ਕੇ ਆਉਂਦੇ ਹਨ, ਐ ਪੱਗ ਦਾ ਵਾਰਸ ਹੈ ਜਿੰਦੀ ਜ਼ਾਮਨ ਅਲੀ ਦੀ ਧੀ ਹੈ। ਹੌਸਲਾ ਮੇਰੇ ਭਾਈ ਹੌਸਲਾ, ਮੈਂ ਵਹਿਣ ਕਰਨ ਲੱਗਾ, ਹੋ ਗਏ ਮੇਰੇ ਹਿੱਸੇ ਦੀ ਮਜਲਿਸ, ਹੋ ਗਈ, ਮੈਂ ਵਹਿਣ ਕਰਨ ਲੱਗਾ। ਬਿਰਾਵਾਂ ਦੀਆਂ ਲਾਸ਼ਾਂ ਕੋਲੋਂ ਉੱਠੀਆਂ ਨਹੀਂ, ਉਠਾਈਆਂ ਗਈਆਂ। ਅੱਲਾਹੁ ਅਕਬਰ, ਮੇਰੀ ਪਿੰਨੀ ਹੋਈ ਖੈਰਾਤ ਦੇ ਸੈਯਦਾ ਦੇ ਬੂਹੇ ਤੋਂ ਇਸ ਮੁਹੱਰਮ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਜ਼ਿਆਦਾ ਤੋਂ ਜ਼ਿਆਦਾ ਮਸਾਇਬ ਪੜ੍ਹਨ। ਵੈਸੇ ਫਜ਼ਾਇਲ ਦੀ ਮੇਰੀ ਖੈਰਾਤ ਵੱਖਰੀ ਹੈ, ਮੈਨੂੰ ਹਿੱਸਾ ਸਾਈਆਂ ਵੱਖਰਾ ਦਿੱਤਾ ਹੋਇਆ ਹੈ, ਲੇਕਿਨ ਨਹੀਂ, ਮੈਂ ਇਸ ਮੁਹੱਰਮ ਵਿੱਚ ਜ਼ਿਆਦਾ ਮਸਾਇਬ ਪੜ੍ਹਨ। ਅਸ਼ਰੇ ਮੁਹੱਰਮ ਵਿੱਚ ਮੈਂ ਤਸਲਸਲ ਨਹੀਂ ਤਰੋੜਿਆ, ਕਰਬਲਾ ਤੋਂ ਲੈ ਕੇ ਮਦੀਨੇ ਤੋਂ ਲੈ ਕੇ ਕਰਬਲਾ ਕਿਤਨੀਆਂ ਮੰਜ਼ਲਾਂ ਹਨ ਅਤੇ ਭੈਣਾਂ ਨੂੰ ਲੈ ਕੇ ਕਿਵੇਂ ਆਇਆ। ਦਿਲ ਇਵੇਂ ਬਣ ਗਿਆ ਜੋ ਚਲੋ ਹੁਣ ਵੀ ਮੈਂ ਸਿਰਫ 70 ਮਸਾਇਬ ਦੀ ਸ਼ੁਰੂ ਕੀਤੀ ਹੈ ਅਤੇ ਮਸਾਇਬ ਹੀ ਆਖਾਂ। ਬਿਰਾਵਾਂ ਦੀਆਂ ਲਾਸ਼ਾਂ ਤੋਂ ਉੱਠੀਆਂ ਨਹੀਂ, ਅਗਰ ਜੁਮਲਾ ਤੁਸੀਂ ਬੋਲੋ ਆ, ਉਠਾਈਆਂ ਗਈਆਂ ਕਿਵੇਂ, ਉਠਾਈਆਂ ਗਈਆਂ ਜਦੋਂ ਬੈਠੀਆਂ ਹਨ ਅਤੇ ਕੱਪੜਿਆਂ ਦੇ ਰੰਗ ਹੋਰ ਹਨ। ਹਾਏ ਐਡੇ ਸੋਹਣਿਆ ਸੋ, ਅਤੇ ਜਦੋਂ ਉੱਠੀਆਂ ਉਸ ਵੇਲੇ ਕੱਪੜਿਆਂ ਦੇ ਰੰਗ ਤਬਦੀਲ ਹੋ ਗਏ। ਸਵਾਰੀਆਂ ਉਹ ਮਿਲੀਆਂ, ਤਫਸੀਲ ਨਾਲ ਜੁਮਲਾ ਆਖ ਸਕਦਾ ਮੈਂ, ਅਲੀ ਦੀਆਂ ਧੀਆਂ ਨੂੰ ਅੜਕ ਉੱਠ ਮਿਲੇ। ਹੁਣ ਅੜਕ ਉੱਠ ਤੁਸੀਂ ਆਪ ਸਮਝਿਆ, ਮੇਰਾ ਜੁਮਲਾ ਨਹੀਂ, ਕਿਸੇ ਸ਼ੀਆ ਆਲਮ ਜ਼ਾਕਰ ਦਾ ਜੁਮਲਾ ਨਹੀਂ, ਅਹਿਲੇ ਸੁਨਨਤ ਦਾ ਦਾਨਸ਼ਵਰ ਆਲਮ ਦੀਨ ਤਾਹਿਰ ਅਲ ਕਾਦਰੀ, ਅਗਰ ਉਸ ਦੀ ਜ਼ਬਾਨ ਵਿੱਚ ਜੁਮਲਾ ਨਾ ਆਇਆ ਹੋਵੇ, ਮੇਰਾ ਕਤਲ ਮਾਫ ਹੈ, ਮੈਂ 14 ਦੀ ਕਚਹਿਰੀ ਵਿੱਚ ਖੋੜਾਂ। ਸੁਨਨੀ ਆਲਮ ਦੀਨ ਪਿਆਦ ਹੈ ਲੋਗੋ, ਅਲੀ ਦੀਆਂ ਧੀਆਂ ਉੱਠਣ 'ਤੇ ਸਵਾਰ ਨਨ ਹੋਈਆਂ, ਇਹਨਾਂ ਅਲੀ ਦੀਆਂ ਧੀਆਂ ਨੂੰ ਉੱਠਣ 'ਤੇ ਬੰਨ ਦਿੱਤਾ ਹੈ। ਅੱਲਾ ਜਾਣੇ ਮੈਂ ਜੁਮਲਾ ਸਮਝਾ ਹੀ ਨਹੀਂ ਸਕਿਆ। ਬੇਰਾਵਾਂ ਦੀਆਂ ਲਾਸ਼ਾਂ ਕੋਲ ਗੁਜ਼ਰੀਆਂ ਜਿਵੇਂ ਲੱਗਦੇ ਹੀ ਕੁਝ ਨਾ ਆਏ। ਉਹ ਮੈਂ ਸਦਕੇ ਜਾਵਾਂ, ਬੜੀ ਮਿਹਰਬਾਨੀ ਹੈ ਮੇਰੇ ਭਰਾ ਕਾਜ਼ਮ ਦੀ, ਮੈਂ ਮਿੰਨਤ ਕੀਤੀ ਉਹਨਾਂ ਕਿ ਚਲੋ ਬਾਅਦ ਵਿੱਚ ਮੈਂ ਚੱਪੜਦਾ ਮੇਰਾ ਸਫਰੇ ਬਿਰਾਏ। ਮਾਲਕ ਦਾ ਬੜਾ ਇਜ਼ਤਾਂ ਲਜ਼ਾ ਕਰੇ ਹੁਸੈਨ ਦੀ ਮਸ਼ਾਲਾ, ਸਾਰਿਆਂ ਨੂੰ ਆਲੇ ਮੁਹੰਮਦ ਦੇ ਜ਼ਾਕਰਾਂ ਨੂੰ ਮਨਸਬ ਆਪਣਾ ਸਮਝਣ ਦੀ ਤੌਫੀਕ ਅਤਾ ਫਰਮਾਵੇ। ਮੈਂ ਕੁਰਬਾਨ ਜਾਵਾਂ, ਸਫ਼ਰ ਮੁੱਕ ਗਏ ਮੁਸਾਫਰ ਨਾ ਮੁੱਕੇ। ਹਾਏ ਸਫ਼ਰ ਮੁੱਕਦੇ ਆ ਨਾ ਦਿਆਂ ਨੀ, ਇੱਥੇ ਖਲਾਰੋ, ਅਜੇ ਬਾਜ਼ਾਰ ਨਹੀਂ ਸੱਜੇ, ਅਜੇ ਦਰਬਾਰ ਨਹੀਂ ਸੱਜੇ। ਅੱਲਾ ਦਰਜਾਤ ਬੁਲੰਦ ਕਰੇ ਹਾਫਜ਼ ਮੁਹੰਮਦ ਅਲੀ ਬਲੋਚ ਸਾਹਿਬ ਦੇ ਇਹ ਜੁਮਲਾ ਵੀਰਨ। ਉਹ ਆਦੇ ਆਉਂਦੇ ਹਨ, ਉਹ ਆਦੇ ਆਉਂਦੇ ਹਨ, ਇੱਕ ਜਹਾਂ 'ਤੇ ਆ ਕੇ ਕਾਫਲੇ ਆਰਾਮ ਕੀਤਾ, ਇੱਕ ਸ਼ੇਰ ਧਾੜਾ ਮਾਰਦਾ ਹੋਇਆ ਸਾਹਮਣੇ ਨਜ਼ਰ ਆਇਆ। ਉਸ ਸ਼ੇਰ ਨੂੰ ਵੇਖ ਕੇ ਇੱਕ ਬੰਦਾ ਪਾਣੀ ਲਾਈ ਵਧਾਈ ਜ਼ਮੀਨ 'ਤੇ ਭੱਜ ਕੇ ਦਰਖਤ 'ਤੇ ਚੜਿਆ ਅਤੇ ਉੱਤੋਂ ਬੋਲ ਕੇ ਆਉਂਦਾ, ਗਯੂਰ ਮੁਸਾਫਰ ਰੁਲਿਆ ਹੋਇਆ, ਇਹ ਰਸਤਾ ਛੱਡ ਦੇ, ਕਿਉਂ, ਇੱਥੇ ਇੱਕ ਸ਼ੇਰ ਰਹਿੰਦਾ ਹੈ ਅਤੇ ਉਹ ਔਲਾਦ ਆਦਮ ਦਾ ਬੜਾ ਦੁਸ਼ਮਣ ਹੈ। ਆਵਾਜ਼ ਆਉਂਦਾ, ਤੂੰ ਦਰਖਤ 'ਤੇ ਕਿਉਂ ਚੜਿਆ? ਵੇਖ ਕੇ ਆਉਂਦਾ, ਆਦਾ ਮੈਨੂੰ ਕੁਝ ਨਹੀਂ, ਤੈਨੂੰ ਸਮਝਾਉਣ ਵਾਸਤੇ ਚੜਿਆ, ਕਿਉਂ ਕੁਝ ਨਹੀਂ ਆਉਂਦਾ? ਆਦਾ ਜਦੋਂ ਮੇਰੇ ਸਾਹਮਣੇ ਆਉਂਦਾ ਨਾ ਤਾਂ ਮੈਂ ਆਉਂਦਾ ਸੁਜਾਣ, ਮੈਂ ਅਲੀ ਦਾ ਨੌਖੇ ਰਾਂ। ਉਸ ਵੇਲੇ ਕੰਡ ਕਰਦਾ, ਜਿਹੜੇ ਹਾਜ਼ਰ ਬੈਠੇ ਹੋ, ਜੇ ਤੁਸੀਂ ਹਾਇ ਕਰ ਸਕੋ, ਕੁਰਾਨ ਦੀ ਇੱਜ਼ਤ ਦੀ ਕਸਮ, ਮਸੂਮਾ ਬਿਰਾ ਦਾ ਦਾਮਨ ਹਲਾ ਕੇ ਆਦੀ ਹੈ, ਸਜਾ ਦੀ ਨੂੰ ਦੱਸ, ਇਹ ਨੌਕਰ ਅਸੀਂ ਖੋਨਾ। ਯਾ ਸੈਯਦਾ, ਯਾ ਮਜ਼ਲੂਮਾ, ਯਾ ਮਖਦੂਮਾ, ਇਸ ਕਲਾਨ ਦੇ ਬਾਹਰੋਂ ਆ ਕੇ ਰੁਕ ਗਈਆਂ, ਇੱਥੇ ਹੀ ਵੇ, ਇਸ ਕਲਾਨ ਦੇ ਬਾਹਰੋਂ ਆ ਕੇ ਰੁਕ ਗਈਆਂ। ਰੁਕੀਆਂ ਕਿਉਂ?
ਬਾਜ਼ਾਰ ਨਹੀਂ ਸਜੇ, ਦਰਬਾਰ ਨਹੀਂ ਸਜੇ, ਜਿਤਨੇ ਜ਼ਾਕਰ ਮੈਂ ਮਿੰਬਰ ਤੇ ਬਹਿ ਕੇ ਸੁਣੇ ਨੂੰ ਉਤਨੀ ਖੈਰਾਤ ਮੇਰੀ ਹੋ ਗਈ ਹੈ। ਹੁਣ ਮੈਂ ਤਕਮੀਲ ਵਾਸਤੇ ਵਹਿਣ ਆਖਣੇ ਨੂੰ ਬਾਬਾ ਜਾਫਰ ਸ਼ਾਹ ਜੀ, ਕੁਰਾਨ ਦੀ ਇੱਜ਼ਤ ਦੀ ਕਸਮ, ਮੈਂ ਥੱਕ ਗਈਆਂ ਅਲੀ ਦੀਆਂ ਧੀਆਂ, ਥੱਕ ਗਈਆਂ ਅਲੀ ਦੀਆਂ ਨੂੰਹਾਂ, ਬਾਜ਼ਾਰ ਸਜਦੇ ਰਹੇ, ਦਰਬਾਰ ਸਜਦੇ ਰਹੇ, ਕਦੀ ਇਹ ਸੋਚ ਕੇ ਅਰਮਾਨ ਸਮਝ ਕੇ ਰੋ ਲਿਆ ਕਰ, ਜ਼ਰਬਾਂ ਤੇ ਦੁਸ਼ਮਣ ਵੀ ਰੋਂਦੇ, ਬਾਜ਼ਾਰ ਜੋ ਸਜਦੇ ਪਏ ਹਨ ਤੇ ਬਦਮਾਸ਼ ਜਮ੍ਹਾਂ ਪਏ ਹੁੰਦੇ ਹਨ, ਉੱਥੇ ਆਉਣਾ ਕੈਸਾ। ਅੱਲਾਹ ਅਕਬਰ। ਉਸੇ ਬਾਜ਼ਾਰ ਚੋਂ ਇੱਕ ਗਲੀ ਮੁੜਦੀ ਆਈ ਜਿਹਦੇ 'ਚ ਇੱਕ ਮੋਮਨਾ ਦਾ ਘਰ ਆ, ਉਹਦਾ ਇੱਕ ਹੀ ਪੁੱਤਰ ਆ ਬਿਮਾਰ, ਬਿਮਾਰ ਇਤਨਾ ਭਾਈ ਜਾਨ ਵਕਤ ਨਿਜ਼ਾ ਵੀ ਰੋ, ਯਾਨੀ ਸਾਹ ਆਵੇ ਜਾਂ ਨਾ, ਇਹ ਪੋਜੀਸ਼ਨ ਆਈ। ਅਤੇ ਇਸ ਕਲਾਂ ਨੇ ਚੇਲਾਨ ਹੋਇਆ ਕੋਈ ਬਾਹਰ ਨਾ ਆਵੇ, ਅੱਜ ਬਾਗੀ ਦੀਆਂ ਭੈਣਾਂ ਹੋਣਾ। ਅੱਲਾਹ ਅਕਬਰ। ਹੌਸਲਾ ਵੀ ਰੋਣਾ, ਕੋਈ ਨਾ ਆਵੇ, ਬੜਾ ਔਖਾ ਲਫਜ਼ ਏ, ਇਹ ਬਾਗੀ ਬੜਾ ਔਖਾ ਲਫਜ਼ ਏ, ਮੁਸਲਸਲ ਮਾਤਮ ਜੋ ਕਰਦੇ ਪਏ ਹੋ। ਮੈਂ ਪਹਿਲੇ ਲਫਜ਼ ਤੋਂ ਮੈਂ ਸਾਹਿਬ ਸ਼ੁਰੂ ਕੀਤਾ, ਤੁਸੀਂ ਮਾਤਮ ਵਿੱਚੋਂ ਮੈਂ ਵਹਿਣ ਪਿਆ ਦਾ। ਉਸ ਵੇਲੇ ਇਸ ਹਮਸਾਈ ਔਰਤ ਨੂੰ ਬੁਲਾਇਆ, ਇਸ ਮਾਂ ਨੇ, ਅਦੀ ਮੇਰੇ ਪੁੱਤਰ ਕੋਲ ਬਹੁ, ਮੈਂ ਕੋਈ ਹਕੀਮ ਲੈ ਆਵਾਂ, ਥੋੜ੍ਹਾ ਜਿਹਾ ਜ਼ਿਹਨ ਮੇਰੇ ਨੇੜੇ ਕਰਿਆ ਹੈ ਤਾਂ ਮੈਂ ਵਹਿਣ ਆਖਾਂ। ਅਦੀ ਬਾਹਰ ਨਹੀਂ ਜਾਣਾ, ਕਰਫਿਊ ਲੱਗਾ ਹੋਇਆ ਹੈ, ਅਦੇ ਨੇ ਬਾਹਰ ਕੋਈ ਨਾ ਆਵੇ, ਕੋਈ ਕੈਦੀ ਆਵਣੇ ਵੇਖ ਕੇ, ਅਦੀ ਪੁੱਤਰ ਮਰਦ ਹੈ, ਇੰਜ ਬਾਹਰ ਆਈਏ, ਇੱਕ ਸਿਪਾਹੀ ਨਾਲ ਟੱਕਰ ਲੱਗੀ ਹੈ, ਜਾਣ ਪਈ ਹੈ। ਸਿਪਾਹੀ ਆਦਾ, ਮੈਂ ਜੋ ਆਖਿਆ ਹੀ ਬਾਹਰ ਨਹੀਂ ਆਉਣਾ, ਅਤੇ ਕਿਉਂ ਆਈ ਹੈ? ਵੇਖ ਕੇ ਦੀ ਪੁੱਤਰ ਬਿਮਾਰ ਹੈ, ਕੋਈ ਹਕੀਮ ਲੈਣ ਜਾਊਂ ਆ। ਪੁਰਾਣੀ ਅਜ਼ਾਦਾਰੀ ਹੈ ਜੇ ਜੁਮਲਾ ਤੁਝਾ ਸਮਝੋ, ਕੁੱਤਾ ਨੱਚ ਕੇ ਆਦਾ, ਤੇਰੇ ਸ਼ਹਿਰ ਦੇ ਬਾਹਰ ਇੱਕ ਨਵਾਂ ਹਕੀਮ ਆਇਆ ਹੈ। ਹਾਂ, ਉਹਦੀ ਨਿਸ਼ਾਨੀ ਆਦੇ, ਪਹਿਲੀ ਨਿਸ਼ਾਨੀ ਉਹਦੇ ਗੱਲ 'ਚ ਤੌਕ। ਬਾਈ ਥੋੜ੍ਹਾ ਜਿਹਾ ਮੈਂ ਇੱਕ ਨੂੰ ਖੋਲਣਾ, ਗੱਲ 'ਚ ਤੌਕ। ਦੂਸਰੀ ਨਿਸ਼ਾਨੀ ਹੁੰਦੇ ਪੈਰਾਂ 'ਚ ਬੇੜੀਆਂ, ਅਗਲੀ ਨਿਸ਼ਾਨੀ ਹੁੰਦੇ ਹੱਥਾਂ 'ਚ ਹੱਥ ਕੜੀਆਂ। ਅਗਲੀ ਨਿਸ਼ਾਨੀ ਸੁਣ ਕੇ 23-24-25 ਸਾਲ ਦਾ ਜਵਾਨ ਹਾਏ ਨਾ ਕਰੇ ਤਾਂ ਕੌਣ ਕਰੇ? ਹੱਸ ਕੇ ਆਦਾ, ਅਗਲੀ ਨਿਸ਼ਾਨੀ ਹੈ ਬੰਦਾ ਤੇ ਰੋਂਦਾ ਫੋਨ ਹੈ। ਹਾਇਆ ਮੇਰਾ ਅੱਲਾ, ਇਹ ਭੱਜ ਪਈ ਹੈ, ਇੱਥੇ ਹੀ ਵਹਿਣ ਹੈ। ਜ਼ਿਆਦਾ ਤੋਂ ਜ਼ਿਆਦਾ 5 ਮਿੰਟ ਹੀ ਮੈਂ ਸਲਾਮ ਪਿਆ ਕਰਨਾ। ਇੰਝ ਦੀ ਦੀਦ ਪਈ ਕਾਫਲੇ 'ਤੇ, ਜ਼ਖਮੀ ਮਸਤੂਰਾਂ, ਜ਼ਖਮੀ ਬੱਚੇ, ਸਾਰੀ ਚੁਰ ਰੱਤ ਪਈ ਵਾਂਦੀ ਏ, ਗੱਲ 'ਚ ਤੌ ਕੇ ਨਾਲ ਪੁੱਤਰ ਕਹਿ ਦੇ, ਕਰੀਬ ਆ ਕੇ ਨਾ ਇੰਝ ਅੰਗਲ ਮੂੰਹ 'ਚ ਪਾ ਕੇ ਦੀ, ਕਿਤਨੇ ਬੇਗੈਰਤ ਲੋਕ ਹੈ ਮੇਰੇ ਨਾਲ ਹੋ ਜੀ ਕਰੀਏ ਭੈਣ, ਕਿਤਨੇ ਬੇਗੈਰਤ ਲੋਕ ਹੈ। ਸਜਾਦਾ ਦੇ ਕੇ ਆਦੀ ਏ, ਵੇਖ ਕੇ ਦੀ, ਬੱਚੜਾ ਤੂੰ ਹਕੀਮ ਹੈ? ਆਵਾਜ਼ ਆਉਂਦਾ, ਮੈਂ ਹਕੀਮ ਹਾਂ, ਜਿਹੜਾ ਵੇਖ ਕੇ ਇਸ਼ਾਰਾ ਸਮਝੇਗਾ ਹੁੰਦਾ, ਮੈਂ ਨਹੀਂ ਸ਼ਾਮ ਵਾਲੀ ਆਏ ਦੀ ਜ਼ਮਾਨ ਹੈ। ਵੇਖ ਕੇ ਆਦੀ, ਜੇ ਤੂੰ ਹਕੀਮ ਹੋਵੇ ਆ, ਤੇਰੀਆਂ ਅੱਖੀ ਚੋਂ ਰੱਤ ਹੋਵੇ ਆ। ਅੱਲਾਹ ਅਕਬਰ। ਤੇਰਾ ਇਲਾਜ ਕੋਈ ਨਹੀਂ ਸਈਆਂ ਦਾ, ਕੋਈ ਨਹੀਂ ਬਿਮਾਰੀ। ਆਵਾਜ਼ ਆਉਂਦਾ, ਗੈਰਤ ਵੇ ਕੇ ਆਦੀਏ, ਕਿੱਥੋਂ ਲੱਗੀ ਆਈ ਉੱਚਾ ਵੇਣ ਕਰਕੇ ਆਦੇ ਨੇ, 9 ਲੱਖ 'ਚ ਮੇਰੀ ਮਾਂ ਦੀ ਚਾਦਰ ਲੈ ਗਈ।
ਅੱਲਾਹ ਅਕਬਰ ਅਜ਼ਹਰਾ ਦੀਆਂ ਦੀਆਂ ਬਈ ਤੇਰੇ ਤਰਾਜ਼ੀ ਹੋਵੇ ਆਵਾਜ਼ ਆਉਂਦੇ ਅਜੇ ਮਾਂ ਦੀ ਚਾਦਰ ਨੂੰ ਰੋਂਦਾ ਪਿਆ ਏ ਮੈਂ ਸੱਜੇ ਡਿੱਠਾ ਏ ਮੇਰੀ 4 ਸਾਲਾਂ ਦੀ ਭੈਣ ਏ ਜਿਹਦੇ ਕੰਨਾਂ ਤੇ ਹੱਥ ਆਏ ਕੰਨਾਂ ਹੀ ਚੋਂ ਰੱਤ ਪਈ ਵਾਂਦੀ ਆਏ ਉੱਚਾ ਵੇਣ ਕਰਕੇ ਆਦੀ ਏ ਸੱਜਾ ਹੌਸਲਾ ਬਾਈ ਹੌਸਲੇ ਨਾਲ ਜਵਾਨੀ ਮਾਣੇ ਆਵਾਜ਼ ਆਉਂਦੇ ਬਾਬੇ ਦਾ ਕਾਤਲ ਤੁਰ ਲੈ ਗਿਆ ਜਿਹੜਾ ਬੰਦਾ ਅਜੇ ਤਾਈ ਆਏ ਚ ਸ਼ਾਮਿਲ ਨਹੀਂ ਹੋਇਆ ਸੈਯਦਾ ਦੇ ਮੈਂ ਹਕੀਮਾ ਤੇਰੀ ਵਾਸਤੇ ਹਕੀਮਾ ਮੌਜਜ਼ਾ ਸੁਣੀ ਆ ਮੇਰੇ ਤੋਂ ਬਾਅਦ ਤੁਸਾਂ ਸ਼ਹਾਦਤ ਸੁਣਨੀ ਹੈ ਕਿਹੜੀ ਸ਼ਹਾਦਤ ਸੁਣ ਸੋ ਇਹ ਉਹ ਮਕਦੂਲੇ ਜਿਹੜਾ ਛੱਤੀਆਂ ਸ਼ਹਿਰਾਂ ਦੇ ਹਰ ਮੋੜ ਤੇ ਘੁਸਦਾ ਰਹੀ ਹੈ ਅੱਲਾਹ ਅਕਬਰ ਇਹ ਸ਼ਹਾਦਤ ਮੈਂ ਵੀ ਪੜਦਾ ਮੇਰੇ ਤੋਂ ਬਾਅਦ ਤੁਸਾਂ ਤਾਬੂਤ ਵੇਖੋ ਜ਼ਿਆਰਤ ਕਰਸੋ ਸ਼ਹਾਦਤ ਸੁਣ ਸੋ ਸਰ ਜਾਵੇ ਆਵਾਜ਼ਾਂ ਦੇ ਤੇਰੀ ਵਾਸਤੇ ਹਕੀਮ ਆ ਦਿਆ ਹਕੀਮ ਮੇਰਾ ਪੁੱਤਰ ਬਿਮਾਰ ਏ ਮੇਰੇ ਨਾਲ ਆਵਾਜ਼ਾਂ ਦੇ ਅੱਗੇ ਟੁਰ ਜਿਹੜਾ ਬੰਦਾ ਅਜੇ ਆਏ ਨਹੀਂ ਕਰ ਸਕਿਆ ਇੰਜੇ ਤਿੱਖੀ ਅੱਗੇ ਟੁਰੀਏ ਸੈਯਦ ਉੱਚਾ ਵੇਣ ਕਰ ਗਿਆ ਦੇ ਹੌਲੇ ਟੁਰ ਤੇਰਾ ਬਿਮਾਰ ਏ ਮੇਰਾ ਜ਼ਖਮੀ ਏ ਹਾਏ ਹਾਏ ਹੌਸਲੇ ਨਾਲ ਬਾਈ ਆਵਾਜ਼ ਆਉਂਦੇ ਤੇਰਾ ਬਿਮਾਰ ਮੇਰਾ ਜ਼ਖਮ ਯਾ ਹੁਸੈਨ ਯਾ ਹੁਸੈਨ ਆਵਾਜ਼ ਆਉਂਦੇ ਤੇਰਾ ਬਿਮਾਰ ਮੇਰਾ ਜ਼ਖਮੀ ਹੈ ਮੇਰਾ ਤਿੱਖਾ ਨਹੀਂ ਟੁਰ ਸਕਦਾ ਮੈਂ ਕਦ ਸਿੱਧਾ ਕਰਦਾ ਮੇਰੇ ਪੁੱਤਰ ਦਾ ਗਲਾ ਘੁੱਟੀਂਦਾ ਮੇਰੇ ਲੋਵੇ ਇੱਕ ਜੁਮਲਾ ਸੁਣੀ ਮੈਂ ਸਲਾਮ ਵੀ ਕਰਦਾ ਮੁੱਕ ਗਿਆ ਸਹਿਰਾ ਆ ਗਿਆ ਬਾਜ਼ਾਰ ਵੇਖੀ ਮੇਰੇ ਵਾਲੇ ਪਾਸੇ ਇੰਜ ਬਾਜ਼ਾਰ ਚ ਪਹਿਲਾ ਕਦਮ ਸਜਾਦ ਰੱਖਿਆ ਤਬਲ ਪੈ ਵੱਜਦੇ ਆਏ ਨੇ ਲੋਕ ਤਾੜੀਆਂ ਪੈ ਮਾਰਦੇ ਆਏ ਨੇ ਜਸ਼ਨ ਪੈ ਮਨੇ ਦੇ ਆਏ ਨੇ ਬਾਜ਼ਾਰ ਸਜੇ ਹੋਏ ਆਏ ਨੇ ਤੈ ਹਾਏ ਨਹੀਂ ਕੀਤੀ ਸਜਾਦ ਮਿੱਟੀ ਤੇ ਬਹਿ ਗਈ ਹੈ ਉੱਚਾ ਵੇਣ ਕਰ ਗਿਆ ਦੇ ਮੇਰੇ ਅੱਲਾ ਇੱਥੇ ਜ਼ੈਨਬ ਬਾਵਣ ਹਾਏ ਹੁਸੈਨ ਹਾਏ ਹੁਸੈਨ ਤੇਰੀ ਨਸਲ ਆਬਾਦ ਹੋਵੇ ਆਵਾਜ਼ ਆਉਂਦੇ ਮੇਰੇ ਅੱਲਾ ਇੱਥੇ ਆਲੀਆ ਆਉਣ ਸਦਕੇ ਇਹੋ ਜਿਹਾ ਮਾਹੌਲ ਬਦਮਾਸ਼ਾਂ ਦਾ ਮਾਹੌਲ ਜਿਸ ਹੁਜਰੇ ਚ ਮਰਨਾ ਆਈ ਬਾਬਾ ਜੀ ਉਹਦੇ ਵਾਸਤੇ ਬਾਜ਼ਾਰ ਸਜਦੇ ਪਿਆ ਇੰਜ ਟੁਰਦੇ ਆਏ ਨਾ ਵੇਖੀ ਮੇਰੇ ਅੱਲ ਬਾਜ਼ਾਰ ਚੋਂ ਛੋਟੀ ਗਲੀ ਨਿਕਲਦੀ ਆਈ ਜਿਹਦੇ ਜਿਸ ਮੋਮਨਾ ਦਾ ਘਰ ਆਈ ਆ ਹੁਣ ਅੱਗੇ ਅੱਗੇ ਪਿਵੈਂਦੀ ਆਈ ਇਹਨੂੰ ਘਰੋਂ ਰੋਮਣ ਦੀ ਆਵਾਜ਼ ਆਈ ਹੈ ਲਾਲੇ ਮੂਸਿਆ ਲਿਆ ਵਾਪਸ ਆ ਗਈ ਹੈ ਜਿਸ ਸਾਹਮਣੇ ਆ ਕੇ ਆਦੀ ਆ ਹਕੀਮ ਤੈਨੂੰ ਵੀ ਔਖਾ ਲੈ ਆਈਆਂ ਮੇਰਾ ਪੁੱਤਰ ਵੀ ਮਰ ਗਿਆ ਹੈ ਮਰਨ ਦਾ ਨਾਮ ਆਇਆ ਸਜਾਦਾ ਦੇ ਮੈਨੂੰ ਸੁਜਾਣ ਮੈਂ ਮੁਰਦਾ ਦਾ ਹਕੀਮ ਯਾ ਹੁਸੈਨ ਯਾ ਹੁਸੈਨ ਯਾ ਹੁਸੈਨ ਇੱਕ ਜੁਮਲਾ ਮੈਂ ਆਖਣ ਲੱਗਾ ਜਦੋਂ ਹਾਏ ਕੀਤੀ ਮੈਂ ਨਹੀਂ ਸ਼ਾਮ ਅਲੀ ਜ਼ਮਨ ਇੱਕ ਜੁਮਲਾ ਮੈਂ ਆਦਾ ਇੰਜ ਸਾਹਮਣੇ ਆ ਕੇ ਆਦੀ ਹੈ ਹਕੀਮ ਮੇਰੇ ਸ਼ਹਿਰ 'ਚ ਕਰਫਿਊ ਲੱਗਾ ਹੋਇਆ ਆਦਿਨ ਕੋਈ ਬੈਰ ਨਾ ਆਵੇ ਅਗਰ ਇਹ ਪਾਬੰਦੀ ਨਾ ਹੋਵੇ ਆ ਮੇਰਾ ਪੁੱਤਰ ਮਰ ਗਿਆ ਈ ਮੈਨੂੰ ਡਾਚੀ ਤੇ ਰੱਖਾਂ ਇਹਦੀ ਮਈਅਤ ਡਾਚੀ ਤੇ ਰੱਖ ਕੇ ਮੈਂ ਨਾ ਕਦੀ ਮਾਰ ਨਾ ਭਾਵੇਂ ਬੁੱਢੜੀ ਆਈ ਮੈਂ ਮਦੀਨੇ ਲੈ ਜਾਵਾਂ ਆਵਾਜ਼ਾਂ ਦੇ ਮਦੀਨੇ ਕੀ ਕਰੇ ਆ ਗਿਆ ਮੇਰਾ ਪੀਰੇ ਜਿਹਦਾ ਨਾਮ ਸਜਾ ਦੇ ਉਹਦੇ ਕਦਮਾਂ ਚ ਰੱਖ ਗਿਆ ਕਾਬਾ ਕਰਦਾ ਸਦਕਾ ਯਾ ਹੁਸੈਨ
ਯਾ ਹੁਸੈਨ ਆਖਰੀ ਜੁਮਲਾ ਇੰਜ ਸਾਹਮਣੇ ਆਈ ਆਵਾਜ਼ ਆਉਂਦਾ ਦੱਸ ਤੂੰ ਮੁਰਦੇ ਜ਼ਿੰਦਾ ਕਰਦੇ ਨਬੀਏ ਯਾ ਇਮਾਮੇ ਸਰਦਾਰਾ ਦੇ ਪਹਿਲੇ ਹਾਜਤ ਰਵਾਈ ਕਰਾ ਪਿੱਛੇ ਤਾਰੁਫ ਹੋ ਸੀ ਹੁਣ ਮੁਕਦੀ ਆਈ ਨਾ ਲਫਜ਼ਾਂ ਦੇ ਜਵਾਨੀ ਮਾਣੇ ਮੇਰੀ ਮਜਲਿਸ ਗਰੀਬ ਬਣ ਕੇ ਰੋਵੀਏ ਤਾਂ ਹਾਏ ਆਉਂਦੀ ਏ ਗਰੀਬ ਬਣ ਕੇ ਇੱਥੇ ਬਵੀਏ ਇੰਜ ਟੁਰਦੇ ਆਇਨ ਸਜਾਦ ਆਈ ਤੇ ਪੁੱਤਰ ਦੀ ਮਈਅਤ ਆਈ ਨਾਲ ਕੜੀਆਂ ਕੁਝ ਕੁ ਸਜਾਦ ਮਿੱਟੀ ਤੇ ਬਹਿ ਗਈਆਂ ਆਵਾਜ਼ ਦੇ ਕੇ ਆਦੀਏ ਮੇਰਾ ਪੁੱਤਰ ਜ਼ਿੰਦਾ ਕਰ ਸੈਯਦਾ ਦੇ ਜਿੱਥੋਂ ਮੈਨੂੰ ਲੈ ਕੇ ਆਈਏ ਇੱਕ ਵਾਰ ਉੱਥੇ ਦੁਬਾਰਾ ਜਾ ਆਵਾਜ਼ਾਂ ਦੇ ਕਿਆ ਕਰਨਾ ਆਵਾਜ਼ਾਂ ਦੇ ਜਯਾ ਮੀਨ ਖੜੀਏ ਉੱਥਾਂ ਰਹਿ ਗਈ ਹੈ ਅੱਲਾ ਜਾਣੇ ਤੈਨੂੰ ਸਮਝ ਨਾ ਆਵੇ ਆਵਾਜ਼ਾਂ ਦੇ ਕੋਈ ਨਿਸ਼ਾਨੀ ਆਵਾਜ਼ਾਂ ਦੇ ਪਹਿਲੀ ਨਿਸ਼ਾਨੀ ਉਹਦੇ ਕੰਨੇ ਚੋਂ ਰਤ ਪਈ ਯਾ ਹੁਸੈਨ ਅਗਲੀ ਨਿਸ਼ਾਨੀ ਉਹਦੇ ਪੈਰ ਜ਼ਖਮੀ ਹੋ ਸਨ ਉਹਦੇ ਰੁਖਸਾਰ ਜ਼ਖਮੀ ਹੋ ਸਨ ਅਗਲੀ ਨਿਸ਼ਾਨੀ ਸਜਾ ਦਾਦਾ ਉਮਰ ਚਾਰ ਸਾਲ ਵਾਲ ਸੁਫੈ ਡਬਲਿੰਗ ਨਹੀਂ ਆਵੇ ਬਾਈ ਮੈਂ ਸਦਕੇ ਜਾਵਾਂ ਇਹ ਜਲਦੀ ਦੇ ਨਾਲ ਆਈਏ ਆ ਕੇ ਆਦੀਏ ਉਸ ਰੰਜੂਰ ਦੀ ਭੈਣ ਤੂੰ ਐ ਸਕੀਨਾ ਆਦੀਏ ਮੈਂ ਹੀ ਭੈਣਾ ਮੇਰਾ ਭਿਰਾ ਕਿਨਗੀ ਆਏ ਆਵਾਜ਼ਾਂ ਦੇ ਮੇਰੇ ਨਾਲ ਟੁਰਦੀ ਹੋਈ ਕਰੀ ਬਾਈ ਆ ਕੇ ਭਿਰਾ ਦੇ ਨਾਲ ਬਹਿ ਗਈਏ ਕਰੋ ਤਿਆਰੀ ਮੈਂ ਆਖਾਂ ਵੈਣ ਇੰਜ ਨਾਲ ਆ ਕੇ ਬਹਿ ਕੇ ਆਦੀਏ ਬਾਕਰ ਜੀ ਵੀ ਕਿਉਂ ਬੁਲਾਈ ਆਵਾਜ਼ਾਂ ਦੇ ਮੈਂ ਦੁਆ ਮੰਗਣੀਏ ਦਇਆ ਮੀ ਰੱਖਣੀਏ ਇਹਦਾ ਵਿਹੜਾ ਵਸ ਪਵੇ ਆਵਾਜ਼ਾਂ ਦੇ ਮੰਗੋ ਸੈਦਾਂ ਦਾ ਆਦਮ ਦੁਆ ਲਫਜ਼ ਆਉਂਦੇ ਨਾ ਅੱਲਾ ਜਾਣੇ ਕੜੀਆਂ ਲੈ ਹੱਥ ਸਜਾਦ ਕਿਵੇਂ ਬੁਲੰਦ ਕੀਤੇ ਅਕਲ ਮਾਰ ਕੇ ਆਦਨ ਮੇਰਾ ਅੱਲਾ ਮੇਰਾ ਅਕਬਰ ਮੋਇਆ ਮੈਂ ਕੁਝ ਨਹੀਂ ਮੰਗਿਆ ਮੇਰਾ ਕਾਸਮ ਹੋਇਆ ਮੈਂ ਕੁਝ ਨਹੀਂ ਮੰਗਿਆ ਮੇਰਾ ਬਾਬਾ ਮਾਰਾ ਗਿਆ ਮੈਂ ਕੁਝ ਨਹੀਂ ਮੰਗਿਆ ਆਵਾਜ਼ਾਂ ਦੇ ਮੇਰਾ ਅੱਲਾ ਇਹਦਾ ਬਛੜਾ ਜ਼ਿੰਦਾ ਕਰ ਲਫਜ਼ ਪੈ ਮੁੱਕਦੇ ਆਏ ਨੇ ਤੜਪ ਕੇ ਉੱਠੇ ਮਾਂ ਦੇ ਕਦਮਾਂ ਤੇ ਜਾਣ ਕੇ ਆਦਾ ਅੰਮਾ ਮਦੀਨਾ ਬਰਬਾਦ ਯਾ ਹੁਸੈਨ ਹੌਸਲਾ ਨੱਪ ਲੈ ਯਾਰ ਆਵਾਜ਼ ਆਉਂਦਾ ਅੰਮਾ ਮਦੀਨਾ ਬਰਬਾਦ ਹੋ ਗਈ ਕਿਉਂ ਆਵਾਜ਼ ਆਉਂਦਾ ਇਹ ਤੇਰਾ ਚੌਥਾ ਇਮਾਮ ਹੈ ਇਹ ਤੇਰਾ ਪੰਜਵਾਂ ਇਮਾਮ ਹੈ ਵੇਖ ਕੇ ਆਦੀ ਹੈ ਮੇਰਾ ਚੌਥਾ ਇਮਾਮ ਤੇ ਜਵਾਨ ਆਈ ਆ ਇਹ ਤੇ ਕੋਈ 90 ਸਾਲ ਦਾ ਬੁੱਢੜਾ ਸੈਯਦ ਆਦਾ ਮੈਨੂੰ ਅਕਬਰ ਦੀ ਮੌਤ ਖਾ ਗਈ ਆਵਾਜ਼ ਆਉਂਦਾ ਜੇ ਤੂੰ ਸਜਾ ਦੇ ਉਹ ਬੀਬੀਆਂ ਕੌਣ ਹੈ ਆਵਾਜ਼ ਆਉਂਦਾ ਮੇਰੀਆਂ ਮਾਵਾਂ ਹਨ ਮੇਰੀਆਂ ਭੈਣਾਂ ਹਨ ਇਹਨੂੰ ਪੁੱਤਰ ਭੁੱਲ ਗਿਆ ਹੈ ਭੱਜ ਪਈ ਹੈ ਸਾਹਮਣੇ ਆਈ ਹੈ ਵੇਖੀ ਇੱਕ ਇੱਕ ਬੀਬੀ ਦਾ ਚਿਹਰਾ ਵੇਖਿਆ ਹੈ ਇੱਕ ਚਿਹਰੇ ਤੇ ਰੋ ਕੇ ਆਦੀ ਹੈ ਭੁੱਲਦੀ ਆ ਯਾ ਤੂੰ ਜ਼ੈਨਬ ਆਵਾਜ਼ ਆਉਂਦਾ ਹੈ ਮੇਰਾ ਨਾਮ ਜ਼ੈਨਬ ਉੱਚਾ ਵੇਣ ਕਰਕੇ ਆਦੀ ਹੈ ਕਿੱਥੇ ਅੱਜ ਕੱਲ ਗਾਜ਼ੀ ਆਇਓ ਵਸਦਾ ਹੈ ਊ ਸ਼ਹਿਰ ਦਾ ਨਾਂ ਮਦਰਸਾ ਹੈ ਮੈਂ ਕੋਸ਼ਿਸ਼ ਕਰ ਜ਼ਖਮੀ ਅਲੀ ਦੀਆਂ ਦਹੀਆਂ ਤੇਰੀ ਨੌਕਰੀ ਕਬੂਲ ਫਰਮਾ।